ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆ ਸ਼੍ਰੀਨਗਰ ਦੇ ਗਾਰਡਨ ਘੁੰਮਣ ਅਸੀਂ ਹੁਣ ਮਜ਼ੇ ਨਾਲ ਬਹਿ ਗਏ ਤੇ ਆਪਾਂ ਵੇਟ ਕਰਨ ਦੇ ਆ ਕਿ ਹੁਣ ਇਹਨਾਂ ਦੀ ਧੁੱਪ ਦੀ ਗੱਡੀ ਤੇ ਫਿਰ ਅਸੀਂ ਇੱਥੋਂ ਨਿਕਲੀ ਅੰਛਾ ਵੀ ਉਹਨਾਂ ਨੂੰ ਟਾਈਮ ਬੜਾ ਲੱਗਣਾ ਇਹਨਾਂ ਚਨੂੰ ਕਸ਼ਿਸ਼ ਕੋ ਜੋਕ ਸੁਣੀਏ ਕਸ਼ਿਸ਼ ਜੋਕ ਸੁਣਾ ਆ ਜਿਹੜਾ ਤੇਰਾ ਫੇਵਰਿਟ ਹੈ ਇੱਕ ਵਾਰ ਇੱਕ ਬੁੱਢੀ ਤੇ ਇੱਕ ਬੁੱਢਾ ਹੁੰਦਾ ਬੁੱਢੀ ਬੁੱਢੇ ਨੂੰ ਪਿਆਰ ਨਹੀਂ ਕਰਦੀ ਪਰ ਬੁੱਢਾ ਬੁੱਢੀ ਨੂੰ ਪਿਆਰ ਕਰਦਾ ਆਵਾਜ਼ ਜ਼ਿਆਦਾ ਕਰ ਉੱਚੀ ਬੋਲੀ ਕਿਉਂਕਿ ਸ਼ਾਇਦ ਆਵਾਜ਼ ਨਹੀਂ ਹੋਣੀ ਕਲੀਅਰ ਹੈ ਬਾਹਰ ਲਾਉਂਦੇ ਇੱਕ ਵਾਰ ਇੱਕ ਬੁੱਢੀ ਤੇ ਬੁੱਢਾ ਹੁੰਦਾ ਬੁੱਢਾ ਬੁੱਢੇ ਪਿਆਰ ਕਰਦਾ ਪਰ ਬੁੱਢੀ ਬੁੱਢੇ ਨੂੰ ਪਿਆਰ ਨਹੀਂ ਕਰਦੀ ਤੇ ਨਾ ਬੁੱਢੀ ਸੋਚਦੀ ਮੈਂ ਕੀ ਕਰਾਂ ਬੁੱਢੀ ਨਾ ਬੁੱਢੇ ਨੂੰ ਕਹਿੰਦੀ ਹੈ ਚੱਲ ਠੀਕ ਆ ਪਿੱਛੇ ਪਿੱਛੇ ਪਈ ਖੇਲਦੇ ਆ ਚੋ ਚੋ ਬੁੱਢਾ ਬੁੱਢੀ ਦੇ ਕੈਚੀ ਛੁਪ ਜਾਂਦਾ ਹੈ ਛੁਪ ਜਾਂਦਾ ਜਦੋਂ ਬੁੱਢੀ ਆਪਣੇ ਕਮਰੇ 'ਚ ਜਾਂਦੀ ਹੈ ਉਹ ਟੈਚੀ ਲੈ ਕੇ ਆਪਣੇ ਮਾਈਕੀ ਚੜਤਾ ਹੋ ਜਾਂਦੀ ਹੈ ਜਾਂ ਆਪਣੇ ਟੈਚ ਖੋਲ ਦੀ ਆਪਣੇ ਕੱਪੜੋ ਖੇ ਲਿਆ ਬੁੱਢਾ ਕਰੇ ਥੱਪਾ ਆ ਸਹੀ ਆ ਸਭ ਤੋਂ ਫੇਮਸ ਕਸ਼ਮੀਰੀ ਮਸਾਲਾ ਉਹਨਾਂ ਨੇ ਪਹੁੰਚ ਕੇ ਇਹਨੂੰ ਸ਼ਾਲੀਮਾਰ ਦੇ ਦਿੱਤੀ ਨੇ ਕਰੇਗਾ ਤੇ ਇਹ ਹੁਣ ਪਹਿਲਾਂ ਖਾਣਾ ਪੀਣਾ ਖਾਣ ਲੱਗੇ ਆ ਪੇਟ ਪੂਜਾ ਕੀ ਕਰਨਾ ਦੋਸਤ ਪਹਿਲਾਂ ਡਿਸਾਈਡ ਕਰਨ ਦੇ ਆ ਵੀ ਡੋਸਾ ਵਗੈਰਾ ਖਾਣਾ ਕਿ ਨਹੀਂ ਖਾਣਾ ਆਓ ਕਸ਼ਮੀਰ ਤੇ ਕਸ਼ਮੀਰੀ ਡੋਸਾ ਖਾਓ ਜੀ कश्मीरी राजमा चावल मसाले ये अपने नालों तेज है हैं चटनी तेज है ना ये ना मिर्च वगैरह मेरे ख्याल में ज्यादा यूज करते हैं ना स्पाइसी करते हैं आज रस स्पाइसी है स्पाइसी हां दा इन्होंने सामने स्पाइसी है कशिश किदा दा हां इन्हों मिर्च चंगी लगदी है ना इन्हों चंगे लगना ये मैडम जी दा हाडे दा ओता पम आ गया हुन ये भी दसी भी खा गई मम्मा बनांदी जेड़ा वो किदा लगदा ते किदा दा टेस्ट है कशिश बढ़िया नहीं कश्मीरी पुलाव इन्ना ही टेस्टी ही अजे तक मुंह चो टेस्ट नहीं आ रहा मेरे पर मैं कश्मीरी कावा मंगवाया वा वह भी ट्राई करना है ते बाकी भी ताड़े भी टेस्ट अपना अपना पसंद है ना सब कुछ चावल टेस्टी है पुलाव भी टेस्टी है डोसा भी टेस्टी है कश्मीरी हां सारे ने जो जो चीजें भी टेस्ट की थी ना ते सारे ने बहुत टेस्ट किदा लगे इन पुलाव बढ़िया है ना उधर पैकिंग करवाने वाले हुए हां भाई इनना जी ते आ गई है कॉफी पर मैं इधर कश्मीरी कावा मंगवाया हुआ है वाह जी चंगे गाने हैं इनो पी के दस दे किदा ना ते एक इनना ने आ कुकीज कोई दितीया है इनना दिया केड़ी गया है केसर बनाओ है ना ते इनना दे इधर फेमस है भाई अच्छा भाई हुण अहीं मुगल गार्डन शालीमार दे आ गए हैं जिहड़ा अहीं हुणे खाना खादा वह अहीं बिल्कुल इहदे ओपोजिट रेस्टोरेंट उत्थे खादा तां इहनां दी टिकट जिहड़ी है अडल्ट दी हैगी 24 रुपीज़ ते चाइल्ड दी है 12 रुपीज़ ते जिहड़े 5 साल तों छोटे बच्चे उहनां दी टिकट नहीं लगनी ते ओ सामने जिहड़े रेस्टोरेंट है जिथे अहीं खाना हुणे खा के आए हैं अच्छा भी इहदे लागे 60-70 मीटर की दूरी के उत्ते एक पेड़ पार्किंग हैगी आ कोशिश करो कि अपनी गड्डी उत्थे पार्किंग दे विच लगा के ते आराम नाल अंदर पार्क दे विच घूमो अच्छा भी ये आ शालीमार गार्डन श्रीनगर का फेमस गार्डन दे विचों गार्डन आ ते ये जहांगीर ने नूरजहां वास्ते बनवाया है इस गार्डन दे विच बड़े किस्म दे फुल बूटे ते फुहारे वगैरह लगे आ फोटो खिंची लेनी है ना इधर खड़े हो सारे मैं फोटो खिंचा एक वो तो एक अद्धी करवा ली हालात एक मिनट
ਲੱਗਦਾ ਬਾਰਿਸ਼ ਆ ਰਹੀ ਹੈ ਬਟ ਇੰਨੀ ਦੂਰ ਤੱਕ ਛੋਟਾ ਪਾਣੀ ਨਹੀਂ ਉਹ ਫੁਹਾਰੇ ਆ ਰਹੀ ਹੈ ਬਾਰਿਸ਼ ਆ ਰਹੀ ਹੈ ਬਾਰਿਸ਼ ਆ ਰਹੀ ਹੈ ਬਟ ਇੰਨੀ ਦੂਰ ਉਹ ਕਿਧਰੋਂ ਆਇਆ ਲੋ ਪਾਣੀ ਬਾਰਿਸ਼ ਆ ਰਹੀ ਹੈ ਬਾਰਿਸ਼ ਵੀ ਹੋ ਸਕਦੀ ਹੈ ਮੌਸਮ ਬਾਰਿਸ਼ ਵਾਲਾ ਹੋ ਗਿਆ ਇੱਥੇ ਫੋਟੋਆਂ ਕਰਵਾ ਲਓ ਵਧੀਆ ਹੈ ਨਾ ਵੈਸੇ पढ़ना है स्कूल पे चल जा अरे यार तो बड़ी होगी और को कैसे बुक्स से बेचे की पढ़ते होंगे सी अच्छा शालीमार बाग आज आज असली विखंड मिल गया ਇਹ ਕੁਝ ਲਿਖਿਆ ਹੋਣਾ ਹੈ ਨਾ ਹਾਂ ਕਟਿੰਗ ਕੀਤੀ ਹੈ ਨਾ ਚਲੋ ਅੰਦਰ ਜਾ ਕੇ ਅੱਛਾ ਬਈ ਹੁਣ ਆਪਾਂ ਆ ਗਏ ਆ ਮੁਗਲ ਗਾਰਡਨ ਨਿਸ਼ਾਤ ਤੇ ਇਹ 15ਵੀਂ ਫੁੱਟ ਤੇ ਉੱਪਰ ਹੀ ਆ ਰੋਡ ਦੇ ਉੱਪਰੋਂ ਤੇ ਇਹਦੇ ਓਪੋਜ਼ਿਟ ਸਾਈਡ ਦੇ ਉੱਤੇ ਡਲ ਲੇਕ ਆ ਤੇ ਬਹੁਤ ਵਧੀਆ ਗਾਰਡਨ ਦੇਖਣ ਤੋਂ ਹੀ ਲੱਗਣ ਡਿਆ ਵਾ ਤੇ ਬਾਕੀ ਅੰਦਰ ਜਾ ਕੇ ਦਿਖਾਉਂਦੇ ਤੁਹਾਨੂੰ ਇਹ ਡਿਫਰੈਂਟ ਹੈ ਨਾ ਪਹਿਲਾਂ ਵੇਖ ਲੈ ਰਾਜੇ ਰਾਣੀਆਂ ਵਾਸਤੇ ਬਾਗ ਬਣਾਉਂਦੇ ਸੀ ਦੋ ਇਧਰਲੀ ਸਾਈਡ ਤੇ ਡਲ ਲੇਕ ਆ ਨੂਰਜਾਂ ਵਾਸਤੇ ਬਣਾਇਆ ਸੀ ਜਹਾਂਗੀਰ ਨੇ ਸਾਰਾ ਕੁਛ ਹੀ ਆ ਇੱਟਾਂ ਤਾਂ ਪਤਾ ਲੱਗਦਾ ਨਾ ਪੁਰਾਣੀਆਂ ਹਾਂ ਇੱਧਰ ਵਿਊ ਵਧੀਆ ਹੀ ਵੀ ਐਵੇਂ ਮਿਸ ਕਰ ਗਿਆ ਹਾਂ ਗੇਟ ਵਿੱਚੋਂ ਨਿਕਲ ਕੇ ਗੇਟ ਦਾ ਬਣਿਆ ਸਾਹ ਚੜ ਗਏ ਬੜਾ ਦੂਰ ਤੱਕ ਹੈ ਅੱਛਾ ਵੀ ਇੱਥੇ ਵੀ ਇਹ ਅਡਲਟ ਦੀ ਟਿਕਟ 24 ਹੈ ਅਤੇ ਕਿਡਸ ਦੀ 12 ਆ ਅਤੇ ਇਹ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਖੁੱਲ੍ਹਾ ਰਹਿੰਦਾ ਵਾ ਅਤੇ ਇੱਕ ਸਾਈਡ 'ਤੇ ਇਹਦੇ ਪਹਾੜ ਹੈ ਅਤੇ ਇੱਕ ਸਾਈਡ 'ਤੇ ਡੱਲ ਲੇਕ ਆ ਅਤੇ ਬਹੁਤ ਸੋਹਣਾ ਵਧੀਆ ਪਿਕਨਿਕ ਪੁਆਇੰਟ ਹੈਗਾ ਆ ਅਤੇ ਜਿਹੜੇ ਇਹਦੇ ਫਾਊਂਟੇਨਸ ਹੈਗੇ ਉਹ ਸਾਰੇ ਨੈਚੁਰਲ ਵਾਟਰ ਦੇ ਜਿਹੜਾ ਪਹਾੜ ਤੋਂ ਪਾਣੀ ਆਉਂਦਾ ਉੱਥੋਂ ਹੀ ਇਹ ਚੱਲਦਾ ਆ ਅੱਛਾ ਵੀ ਇੱਥੇ ਬੜੇ ਬੜੇ ਪੇੜ ਆ ਇਸ ਇਹ ਪਾਰਕ ਬਹੁਤ ਜ਼ਿਆਦਾ ਹੀ ਵਧੀਆ ਹੈ ਅਤੇ ਵੇਖਣ ਵਾਲਾ ਆ ਅਤੇ ਬਾਕੀ ਇੱਥੇ ਕਸ਼ਮੀਰੀ ਡਰੈਸਿਸ ਵੀ ਮਿਲ ਜਾਂਦੀਆਂ ਆ ਜਿਹੜੀਆਂ ਪਾ ਕੇ ਅਤੇ ਤੁਸੀਂ ਆਪਣੀਆਂ ਫੋਟੋਜ਼ ਵਗੈਰਾ ਕਲਿੱਕ ਕਰਾ ਸਕਦੇ ਹੋ ਅਤੇ ਬਾਕੀ ਇੱਥੇ ਵਿਊ ਪੁਆਇੰਟ ਹੀ ਬਹੁਤ ਵਧੀਆ ਇੱਕ ਸਾਈਡ 'ਤੇ ਮਾਊਂਟੇਨਸ ਆ ਦੂਜੀ ਸਾਈਡ 'ਤੇ ਡੱਲ ਲੇਕ ਆ ਅਤੇ ਅੰਦਰ ਵੀ ਗਾਰਡਨ ਦੇ ਬਹੁਤ ਵਰਾਇਟੀਆਂ ਆ ਜਿਹੜੀਆਂ